ਹਾਂਜੀ, ਕੀ ਹਾਲ ਚਾਲ ਨੇ ਪ੍ਰਭੂ? ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਕੁੜੀ ਦੀ ਸੱਚੀ ਤੇ ਦਰਦ ਭਰੀ ਕਹਾਣੀ ਲੈ ਕੇ। ਉਸ ਕੁੜੀ ਨੂੰ ਆਪਾਂ ਹੁਣ ਕੁੜੀ ਤਾਂ ਨਹੀਂ ਕਹਿ ਸਕਦੇ, ਕਿਉਂਕਿ ਇਸ ਟਾਈਮ ਤੇ ਉਸ ਭੈਣ ਦੀ ਉਮਰ ਲਗਭਗ 45 ਸਾਲ ਤੋਂ ਪਲੱਸ ਹੈ। ਪਰ ਇਸ ਕਹਾਣੀ ਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ ਇਹ ਕੁੜੀ ਸਿਰਫ 14 ਸਾਲ ਦੀ ਹੁੰਦੀ ਹੈ। ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ। ਇਹ ਕੁੜੀ ਵਿਚਾਰੀ ਕੀ ਕਹਿੰਦੀ ਹੈ? ਕਹਿੰਦੀ, ਜਦੋਂ ਮੈਂ ਪੜ੍ਹਦੀ ਹੁੰਦੀ ਸੀ ਮੇਰੀ ਉਮਰ ਸਿਰਫ ਉਦੋਂ 14 ਕੁ ਸਾਲਾਂ ਦੀ ਸੀ, ਤੇ ਸਾਡੀ ਗਲੀ 'ਚੋਂ 3 ਕੁੜੀਆਂ ਹੋਰ ਮੇਰੇ ਨਾਲ ਉਸੇ ਸਕੂਲ ਦੇ ਵਿੱਚ ਪੜ੍ਹਦੀਆਂ ਹੁੰਦੀਆਂ ਸੀ। ਅਸੀਂ ਮੰਨ ਲਓ ਚਾਰੇ ਬਹੁਤ ਪੱਕੀਆਂ ਸਹੇਲੀਆਂ ਸੀ, ਇਕੱਠੀਆਂ ਪੜ੍ਹਨ ਜਾਂਦੀਆਂ ਸੀ, ਇਕੱਠੀਆਂ ਘਰੇ ਆਉਂਦੀਆਂ ਸੀ, ਇਕੱਠੀਆਂ ਸਾਰਾ ਦਿਨ ਗਲੀ ਦੇ ਵਿੱਚ ਖੇਡਦੀਆਂ ਰਹਿੰਦੀਆਂ ਸੀ। ਕੀ ਹੁੰਦਾ ਵੀ ਜਿਹੜੀਆਂ ਉਹ ਮੇਰੀਆਂ ਦੂਜੀਆਂ 3 ਕੁੜੀਆਂ ਸੀਗੀਆਂ ਸਹੇਲੀਆਂ ਸੀ, ਉਹ ਕੋਈ ਤਾਂ ਮੇਰੇ ਤੋਂ 3 ਸਾਲ ਵੱਡੀ ਸੀ, ਕੋਈ 2 ਸਾਲ ਵੱਡੀ ਸੀ, ਕੋਈ 4 ਸਾਲ ਵੱਡੀ ਸੀ। ਸਾਡੀਆਂ ਕਲਾਸਾਂ ਅਲੱਗ ਅਲੱਗ ਸੀ ਪਰ ਸਕੂਲ ਇੱਕੋ ਸੀ। ਕਹਿੰਦੇ ਜਿਹੜੀ ਮੇਰੇ ਦੂਜੀਆਂ 3 ਸਹੇਲੀਆਂ ਹੁੰਦੀਆਂ ਨੇ, ਉਹਨਾਂ 3ਾਂ ਦੀ ਸਾਡੇ ਪਿੰਡ ਦੇ ਮੁੰਡੇ ਨਾਲ, ਕਿਸੇ ਦੀ ਨਾਲ ਦੇ ਪਿੰਡ ਦੇ ਮੁੰਡੇ ਨਾਲ ਗੱਲਬਾਤ ਹੁੰਦੀ ਆ। ਉਹ 3 ਕੁੜੀਆਂ ਮੰਨ ਲਾ ਚੋਰੀ ਛੱਪੀ ਸਕੂਲ ਤੋਂ ਜਾਂ ਘਰ ਤੋਂ ਚੋਰੀ ਛੱਪੀ ਰਾਤ ਬਰਾਤੇ ਆਪਦੇ ਆਸ਼ਕਾਂ ਨੂੰ ਮਿਲਦੀਆਂ ਹੁੰਦੀਆਂ ਸੀ, ਤੇ ਜਿਹੜੀਆਂ ਗੱਲਾਂ ਦਾ ਕਹਿੰਦਾ ਮੈਨੂੰ ਪਤਾ ਹੁੰਦਾ ਸੀ। ਤਾਂ ਇੱਕ ਦਿਨ ਮੇਰੀ ਸਹੇਲੀ ਮੈਨੂੰ ਅਚਾਨਕ ਕਹਿੰਦੀ ਆ ਵੀ ਤੂੰ ਵੀ ਕਿਸੇ ਨਾਲ ਗੱਲਬਾਤ ਕਰ ਲਾ, ਵੀ ਤੂੰ ਇਕੱਲੀ ਤੁਰੀ ਫਿਰਦੀ ਆ, ਤੂੰ ਵੀ ਜੋੜੀ ਬਣਾ ਲਾ ਜਿਵੇਂ ਕਿ ਕੁੜੀਆਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੀਆਂ। ਤਾਂ ਕਹਿੰਦੀ ਮੈਂ ਉਸ ਕੁੜੀ ਨੂੰ ਕਿਹਾ ਵੀ ਨਹੀਂ, ਮੇਰੀ ਉਮਰ ਹਜੇ ਬਹੁਤ ਛੋਟੀ ਆ, ਵੀ ਤੁਸੀਂ ਮੇਰੇ ਨਾਲੋਂ ਵੱਡੀਆਂ ਜੇ, ਮੈਂ ਹਜੇ ਨਹੀਂ ਇਹ ਕੰਮ ਇਹੋ ਜਿਹਾ ਕਰਨਾ, ਮੈਨੂੰ ਡਰ ਲੱਗਦਾ ਕਿਉਂਕਿ ਤੁਹਾਨੂੰ ਤਾਂ 14 ਸਾਲ ਦਾ ਜੋ ਬੱਚੀ ਕਿੱਡੀ ਕੁ ਉਮਰ ਦੀ ਹੁੰਦੀ ਹੈ। ਪਰ ਉਹ ਸਿਆਣੇ ਕਹਿੰਦੇ ਵੀ ਇੱਕ ਮੱਝ ਲਿਬੜੀ ਹੋਵੇ ਤਾਂ ਨਾਲ ਦੂਜੀਆਂ ਨੂੰ ਵੀ ਲਿਬੇੜ ਦਿੰਦੀ ਹੈ। ਕਹਿੰਦੇ ਚਲੋ ਜੀ, ਮੇਰੀ ਸਹੇਲੀ ਨੇ ਉਸ ਦਿਨ ਤਾਂ ਕੁਛ ਨਹੀਂ ਕਿਹਾ, 2-4 ਦਿਨਾਂ ਬਾਅਦ ਕਹਿੰਦੀ ਚਲੋ ਜੀ ਮੈਨੂੰ ਜ਼ੋਰ ਜ਼ਾਰ ਪਾ ਕੇ, ਸਾਡੇ ਹੀ ਇੱਕ ਪਿੰਡ ਦਾ ਮੁੰਡਾ ਮੇਰੇ ਪਿੱਛੇ ਫਿਰਦਾ ਹੁੰਦਾ ਸੀ, ਉਹਦੇ ਨਾਲ ਮੇਰੀ ਗੱਲਬਾਤ ਕਰਵਾ ਦਿੱਤੀ। ਤੇ ਉਹ ਮੁੰਡਾ ਲਗਭਗ ਕਹਿੰਦੀ ਮੇਰੇ ਤੋਂ 8-9 ਸਾਲ ਉਮਰ ਦੇ ਵਿੱਚ ਵੱਡਾ ਸੀ। ਕਹਿੰਦੇ ਚਲੋ ਜੀ, ਅਸੀਂ ਲੈਟਰ ਲੂਟਰ ਕਿਸੇ ਨੂੰ ਲਿਖ ਕੇ ਪਾਉਂਦੇ ਰਹਿੰਦੇ ਹਾਂ। ਕਹਿੰਦੀ ਫਿਰ ਜਦੋਂ ਮੈਂ 16 ਕੁ ਸਾਲਾਂ ਦੀ ਹੁੰਦੀ ਹਾਂ ਤਾਂ ਕੀ ਹੁੰਦਾ ਵੀ ਉਹ ਮੁੰਡਾ ਮੇਰੇ ਨਾਲ ਸੰਬੰਧ ਬਣਾਉਂਦਾ। ਕਹਿੰਦੀ ਇੱਕ ਵਾਰੀ ਸੰਬੰਧ ਬਣਦੇ ਆ, 2 ਵਾਰੀ ਸੰਬੰਧ ਬਣਦੇ ਆ, 3 ਵਾਰੀ ਸੰਬੰਧ ਬਣਦੇ ਆ, ਇਸ ਤਰ੍ਹਾਂ ਕਰਕੇ ਸਾਡੇ ਨਾਲ ਕਾਫੀ ਵਾਰੀ ਮੇਰੇ ਸੰਬੰਧ ਉਹਦੇ ਮੁੰਡੇ ਨਾਲ ਬਣਦੇ ਆ। ਤੇ ਉਹਨੇ ਟਾਈਮ ਤੱਕ ਕੀ ਹੁੰਦਾ ਕਿ ਮੇਰੇ ਘਰੇ ਉਸ ਚੀਜ਼ ਦਾ ਪਤਾ ਲੱਗ ਚੁੱਕਿਆ ਹੁੰਦਾ ਕਿ ਮੈਂ ਕਿਸੇ ਨਾਲ ਗਲਤ ਹਾਂ। ਕਹਿੰਦੇ ਚਲੋ ਜੀ, ਉਧਰੋਂ ਮੈਂ ਸੰਬੰਧ ਬਣਾ ਕੇ ਜਦੋਂ ਘਰੇ ਆਉਂਦੀ ਹਾਂ ਤਾਂ ਆਉਂਦੇ ਆ ਕਹਿੰਦੇ ਮੇਰੀ ਗੁੱਤ ਲੈਂਦੇ ਆ, ਫੜਤੇ ਮੇਰਾ ਚੰਗਾ ਲਾਉਂਦੇ ਆ, ਕਟਾਪਾ ਵੀ ਕਿੱਧਰੋਂ ਆਈ ਆ, ਹਨਾ। ਕਹਿੰਦੀ ਹੁਣ ਮੈਂ ਘਰਦਿਆਂ ਨੂੰ ਕੀ ਦੱਸਣਾ ਸੀਗਾ, ਮੇਰੇ ਘਰਦਿਆਂ ਨੂੰ ਥੋੜ੍ਹਾ ਬੜਾ ਪਤਾ ਲੱਗ ਗਿਆ ਸੀ, ਹਜੇ ਕੰਮ ਸ਼ੱਕ ਦੇ ਵਿੱਚ ਹੀ ਸੀਗਾ, ਤੇ ਉਹ ਕੀ ਕਰਦੇ ਵੀ ਉਹ ਮੈਨੂੰ ਨਾਨਕੇ ਭੇਜ ਦਿੰਦੇ ਆ। ਕਹਿੰਦੀ ਹੁਣ ਮੈਂ ਨਾਨਕੇ ਚਲੀ ਜਾਂਦੀ ਹਾਂ, ਕਹਿੰਦੀ ਉਦੋਂ ਕੋਈ ਫੋਨ ਫਾਨ ਦਾ ਐਡਾ ਸਿਸਟਮ ਹੁੰਦਾ ਨਹੀਂ ਸੀਗਾ। ਕਹਿੰਦੀ ਐਂ ਆ ਵੀ ਮੇਰੇ ਨਾਨਕਿਆਂ ਨੂੰ ਵੀ ਉਹੀ ਸ਼ਹਿਰ ਲੱਗਦਾ ਸੀ ਜਿਹੜਾ ਸਾਨੂੰ ਸ਼ਹਿਰ ਲੱਗਦਾ ਸੀ। ਕਹਿੰਦੀ ਇੱਕ ਦਿਨ ਮੈਂ ਫਿਰ ਕੀ ਹੋਇਆ, ਮੈਂ ਆਪਦੀ ਮਾਮੀ ਨਾਲ ਸ਼ਹਿਰ ਆਉਂਦੀ ਹਾਂ, ਤੇ ਜਿਹੜੀ ਮੇਰੀ ਗਲੀ ਵਾਲੀ ਸਹੇਲੀ ਹੁੰਦੀ ਆ ਉਹ ਵੀ ਮੈਨੂੰ ਅਚਾਨਕ ਸ਼ਹਿਰ ਮਿਲ ਜਾਂਦੀ ਆ, ਤੇ ਮੈਂ ਉਹਨੂੰ ਦੱਸਦੀ ਹਾਂ ਵੀ ਆਹ ਗੱਲ ਆ ਵੀ ਮੈਂ ਤਾਂ ਪ੍ਰੈਗਨੈਂਟ ਹਾਂ, ਵੀ ਮੈਂ ਹੁਣ ਕਿਹਨੂੰ ਦੱਸਾਂ ਵੀ ਮੈਂ ਪ੍ਰੈਗਨੈਂਟ ਹਾਂ, ਮੈਨੂੰ ਤਾਂ ਮੇਰੇ ਘਰਦੇ ਮਾਰ ਦੇਣਗੇ ਵੀ ਕੋਈ ਹਿੱਲਾ ਵਸੀਲਾ ਕਰ। ਤੇ ਮੇਰੀ ਸਹੇਲੀ ਮੈਨੂੰ ਦੱਸਦੀ ਵੀ ਤੇਰੇ ਆਸ਼ਕ ਦਾ ਉਹਦੇ ਘਰਦਿਆਂ ਨੇ ਵਿਆਹ ਰੱਖਤਾ, ਵੀ ਉਹ ਮੰਗਿਆ ਗਿਆ। ਕਹਿੰਦੀ ਮੈਂ ਬੜਾ ਹੈਰਾਨ ਹੋਈ ਵੀ ਉਹ ਮੁੰਡੇ ਨੇ ਤਾਂ ਮੇਰੇ ਨਾਲ ਸਹੁੰਆਂ ਖਾਧੀਆਂ ਸੀ ਵਿਆਹ ਕਰਾਉਣ ਦੀ, ਹੁਣ ਕਿਤੇ ਹੋਰ ਵਿਆਹ ਕਰਾ ਲਿਆ। ਕਹਿੰਦੀ ਚੱਲ, ਮੈਂ ਕਿਹਾ ਦਫਾ ਹੋਵੇ ਵੀ ਤੂੰ ਮੇਰੀ ਜਾਨ ਛਡਾ ਵੀ ਮੇਰਾ ਕੋਈ ਹਿੱਲਾ ਵਸੀਲਾ ਕਰ। ਕਹਿੰਦੀ ਚਲੋ, ਮੇਰੀ ਸਹੇਲੀ ਮੈਨੂੰ ਕਹਿੰਦੀ ਵੀ ਚੱਲ ਕੋਈ ਨਹੀਂ, ਤੂੰ 2 ਦਿਨ ਵੇਟ ਕਰ ਫਿਰ ਮੈਂ ਕੋਈ ਹਿੱਲਾ ਕਰਦੀ ਹਾਂ। ਕਹਿੰਦੇ ਚਲੋ ਜੀ, ਸਹੇਲੀ ਆਪਦੇ ਘਰੇ ਆਉਂਦੀ ਆ, ਆਪਦੀ ਮਾਂ ਦੀ ਮੁੰਦਰੀ ਚੋਰੀ ਕਰਕੇ ਵੇਚ ਦਿੰਦੀ ਆ। ਤੇ ਜਿਹੜੀ ਮੇਰੀ ਸਹੇਲੀ ਸੀ, ਕਹਿੰਦੇ ਉਹਦੀ ਤਾਏ ਦੀ ਕੁੜੀ ਮੰਨ ਲਓ ਕਿਸੇ ਹਸਪੀਟਲ ਦੇ ਵਿੱਚ ਨਰਸ ਲੱਗੀ ਸੀ, ਉਹਦੇ ਨਾਲ ਗੱਲਬਾਤ ਕਰ ਲੈਂਦੀ ਆ, ਤੇ ਉਹ ਕਹਿੰਦੀ ਵੀ ਕੋਈ ਨਹੀਂ ਮੈਂ ਸਫਾਈ ਕਰਵਾ ਦੂੰਗੀ। ਕਹਿੰਦੇ ਚਲੋ ਜੀ, ਮੇਰੇ ਨਾਨਕਿਆਂ ਦੇ ਘਰੇ ਆ ਕੇ ਮੇਰੀ ਸਹੇਲੀ ਮੈਨੂੰ ਲੈ ਜਾਂਦੀ ਆ ਸ਼ਹਿਰ, ਤੇ ਉੱਥੇ ਜਾ ਕੇ ਕਰਵਾ ਦਿੰਦੀ ਆ ਮੇਰੀ ਸਫਾਈ, ਤੇ ਮੇਰਾ ਖਹਿੜਾ ਛੁੱਟ ਜਾਂਦਾ। ਕਹਿੰਦੇ ਉਸ ਤੋਂ ਬਾਅਦ ਕੀ ਹੁੰਦਾ, ਮੈਂ ਹੋਰ ਜਵਾਨ ਜਦੋਂ ਹੁੰਦੀ ਹਾਂ ਤੇ ਮੇਰੇ ਘਰਦੇ ਮੇਰਾ ਕਰ ਦਿੰਦੇ ਆ ਵਿਆਹ। ਕਹਿੰਦੇ ਜਦੋਂ ਮੇਰਾ ਵਿਆਹ ਹੋ ਜਾਂਦਾ, ਉਸ ਤੋਂ ਬਾਅਦ ਮੇਰੇ ਘਰੇ 2 ਧੀਆਂ ਜਨਮ ਲੈਂਦੀਆਂ, ਇੱਕ ਬੇਟਾ ਜਨਮ ਲੈਂਦਾ। ਕਹਿੰਦੇ ਜਿਹੜਾ ਮੇਰਾ ਘਰ ਵਾਲਾ ਸੀ ਉਹ ਵੀ ਬੜਾ ਸ਼ਰੀਫ ਤੇ ਬੜਾ ਮੈਨੂੰ ਪਿਆਰ ਕਰਨ ਵਾਲਾ ਸੀ, ਬੜੀ ਮੇਰੀ ਇੱਜ਼ਤ ਕਰਦਾ ਸੀ। ਕਹਿੰਦੀ ਜਿਹੜਾ ਮੇਰਾ ਇਹ ਆਸ਼ਕ ਸੀਗਾ, ਉਹਨੇ ਟਾਈਮ ਤੱਕ ਇਹ ਬਾਹਰ ਕਿਸੇ ਕੰਟਰੀ ਦੇ ਵਿੱਚ ਚਲਾ ਜਾਂਦਾ ਜਦੋਂ ਮੇਰਾ ਵਿਆਹ ਹੁੰਦਾ, ਜਦੋਂ ਮੇਰੇ ਬੱਚੇ ਪੈਦਾ ਹੁੰਦੇ। ਉਸ ਤੋਂ ਬਾਅਦ ਇਹ ਕੀ ਕਰਦਾ ਕਿ ਇਹ ਮੇਰੇ ਪੇਕੇ ਪਿੰਡ 'ਚੋਂ ਕਿਸੇ ਤੋਂ ਨੰਬਰ ਲੈ ਕੇ ਮੈਨੂੰ ਫੋਨ ਕਰਨਾ ਸ਼ੁਰੂ ਕਰ ਦਿੰਦਾ।
ਕਿਉਂਕਿ ਪੇਕੇ ਪਿੰਡ ਦਾ ਹੀ ਹੈਗਾ ਸੀ ਉਹ। ਕਹਿੰਦੇ ਚਲੋ ਜੀ ਮੈਂ ਉਹਨੂੰ ਸਮਝਾਇਆ ਵੀ ਗੱਲ ਸੁਣ ਮੇਰੀ, ਵੀ ਜੋ ਨਿਆਣੀ ਉਮਰ ਦੇ ਵਿੱਚ ਹੋ ਗਿਆ ਉਸ 'ਤੇ ਪਾ ਦੇ ਹੁਣ ਮਿੱਟੀ, ਉਸ ਗੱਲ ਨੂੰ ਭੁੱਲ ਜਾ, ਵੀ ਨਾਲੇ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ, ਵੀ ਤੂੰ ਤਾਂ ਮੈਨੂੰ ਪ੍ਰੈਗਨੈਂਟ ਕਰਕੇ ਸੁੱਟਤਾ ਸੀਗਾ, ਜੇ ਮੇਰੀ ਸਹੇਲੀ ਮੇਰੇ ਨਾਲ ਨਾ ਖੜਦੀ ਮੈਂ ਤਾਂ ਮਰ ਜਾਂਦੀ ਜਿਉਂਦੀ, ਵੀ ਹੁਣ ਤੂੰ ਉਸ ਗੱਲ 'ਤੇ ਮਿੱਟੀ ਪਾ ਦੇ। ਕਹਿੰਦਾ ਚਲੋ ਜੀ ਮੈਂ ਉਹਨੂੰ ਕਹਿ ਤਾ ਵੀ ਮੈਂ ਜਿਹਦੇ ਨਾਲ ਵਿਆਹ ਕਰਾ ਲਿਆ ਮੈਂ ਤੁਹਾਨੂੰ ਇਹਦੇ ਨਾਲ ਜੀਣਾ, ਇਹਦੇ ਨਾਲ ਮਰਨਾ, ਵੀ ਮੈਂ ਦੋ ਧੀਆਂ ਦੀ ਮਾਂ, ਵੀ ਮੈਂ ਹੁਣ ਇਹ ਕੰਮ ਨਹੀਂ ਕਰਨਾ। ਚਲੋ ਜੀ, ਕਹਿੰਦੀ ਮੈਂ ਤਾਂ ਨੰਬਰ ਬਲੌਕ ਲਿਸਟ 'ਚ ਪਾ ਤਾ, ਉਹਨੇ ਫੋਨ ਕਰਨਾ, ਫਿਰ ਫੋਨ ਮੈਨੂੰ ਆਉਣਾ ਵੀ ਕਿੱਥੋਂ ਸੀਗਾ। ਕਹਿੰਦੀ ਉਸ ਤੋਂ ਬਾਅਦ ਕੀ ਹੁੰਦਾ, ਇਹ ਥੋੜ੍ਹੇ ਕੁ ਸਾਲ ਬਾਹਰ ਕਿਸੇ ਦੇਸ਼ ਦੇ ਵਿੱਚ ਲਾ ਕੇ ਫਿਰ ਇਹ ਪੰਜਾਬ ਮੇਰੇ ਪੇਕੇ ਪਿੰਡ ਆ ਜਾਂਦਾ, ਅਤੇ ਆ ਕੇ ਮੇਰੇ ਦਾਦੇ ਦੇ ਨਾਲ ਬਹੁਤ ਜ਼ਿਆਦਾ ਇਹ ਗੂੜ ਕਰ ਲੈਂਦਾ ਅਤੇ ਸਰਪੰਚੀ ਦੇ ਵਿੱਚ ਖੜਾ ਹੋ ਜਾਂਦਾ। ਚਲੋ ਜੀ, ਸਾਰਾ ਪਿੰਡ ਸਰਪੰਚੀ ਦੇ ਵਿੱਚ ਇਹਦੀ ਹਮਾਇਤ ਕਰਦਾ, ਇਹਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਂਦੇ, ਵੀ ਚਲ ਬੰਦਾ ਬਾਹਰੋਂ ਆਇਆ ਪਿੰਡ ਦਾ ਵਿਕਾਸ ਕਰੂਗਾ। ਪਿੰਡ ਵਾਲਿਆਂ ਨੂੰ ਹੁੰਦਾ ਹੀ ਵੀ ਚਲੋ ਬਾਹਰੋਂ ਆਇਆ, ਚੰਗੇ ਰੁਪਈਏ ਆ ਬੰਦੇ ਕੋਲੇ, ਚੈਣੀਆਂ ਚੁਣੀਆਂ ਦੇਖ ਕੇ ਬੰਦੇ ਇਹਦੀਆਂ ਗੱਲਾਂ 'ਚ ਆ ਕੇ ਇਹਨੂੰ ਸਰਪੰਚ ਬਣਾਤਾ। ਉਹ ਕੁੜੀ ਕਹਿੰਦੀ ਵੀ ਜਦੋਂ ਮੈਂ ਛੋਟੀ ਸੀ ਉਦੋਂ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ, ਪਰ ਜਦੋਂ ਮੈਂ ਜਵਾਨ ਹੁੰਦੀ ਹਾਂ ਮੈਨੂੰ ਉਦੋਂ ਪਤਾ ਲੱਗਦਾ ਕਿ ਇਹ ਬੰਦਾ ਕਿੱਡਾ ਕੁ ਜਿਸਮ ਦੇ ਪਿੱਛੇ ਪਾਗਲ ਹੋਣ ਵਾਲਾ ਬੰਦਾ, ਕਿੱਡਾ ਕਿ ਤਗੜਾ ਜਨਾਨੀ ਬਾਜਾ। ਕਹਿੰਦੀ ਉਹ ਜਨਾਨੀ ਨੂੰ ਵੇਖ ਕੇ ਤਾਂ ਲਾਲਾਂ ਸੱਟਣ ਲੱਗ ਜਾਂਦਾ ਸੀਗਾ, ਇਹੋ ਜਿਹਾ ਬੰਦਾ ਸੀਗਾ, ਵੀ ਜਿਸਮ ਨੂੰ ਦੇਖ ਕੇ ਤਾਂ ਜਨਾਨੀ ਦੇ ਜਿਸਮ ਨੂੰ ਦੇਖ ਕੇ ਬੰਦਾ ਕਮਲਾ ਹੀ ਹੋ ਜਾਂਦਾ ਸੀ। ਕਹਿੰਦੇ ਚਲੋ ਜੀ, ਜਦੋਂ ਇਹ ਸਰਪੰਚ ਬਣ ਜਾਂਦਾ, ਕਹਿੰਦੀ ਹੁਣ ਮੈਂ ਵੀ ਪੇਕੇ ਆਉਂਦੀ ਜਾਂਦੀ ਰਹੀ ਸੀ, ਮੈਂ ਵੀ ਗੱਲਾਂ ਸੁਣਦੀ ਰਹਿੰਦੀ ਸੀ ਪੇਕੇ ਪਿੰਡ 'ਚੋਂ। ਕਹਿੰਦੇ ਉਹ ਸਰਪੰਚ ਬਣ ਜਾਂਦਾ ਅਤੇ ਇਹ ਨਾ ਮੰਨ ਲਾ ਜਿਹੜੀਆਂ ਚੰਗੇ ਚੰਗੇ ਘਰਾਂ ਦੀਆਂ ਦੋ ਚਾਰ ਨੂੰਹਾਂ ਸੀਗੀਆਂ, ਉਹਨਾਂ ਨੂੰ ਪਿੱਛੇ ਲਾ ਕੇ ਉਹਨਾਂ ਦੀਆਂ ਗੱਲਾਂ ਬਾਤਾਂ 'ਚ ਉਹਨਾਂ ਨੂੰ ਫਸਾ ਲੈਂਦਾ ਅਤੇ ਉਹਨਾਂ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦਾ, ਅਤੇ ਉਹਨਾਂ ਨੂੰ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ। ਪੈਸਾ ਉਹਨਾਂ ਨੂੰ ਕਿਵੇਂ ਕਮਾਉਂਦਾ, ਕਿ ਨਰੇਗਾ ਦੇ ਵਿੱਚ ਉਹਨਾਂ ਦੇ ਨਾਮ ਦਰਜ ਕਰ ਦਿੱਤੇ ਜਾਂਦੇ ਆ, ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੰਦੇ, ਪਰ ਉਹ ਕੰਮ 'ਤੇ ਕਦੇ ਗਈਆਂ ਹੀ ਨਹੀਂ ਸੀ ਕਿਉਂਕਿ ਉਹਨਾਂ ਨੇ ਕੰਮ 'ਤੇ ਕੀ ਜਾਣਾ ਸੀ, ਉਹ ਚੰਗੇ ਘਰਾਂ 'ਚੋਂ ਹੈਗੀਆਂ ਸੀਗੀਆਂ ਉਹ। ਇੱਕ ਇਹਦੇ ਨਾਲ ਇੱਕ ਮੈਂਬਰ ਹੁੰਦਾ ਸੀਗਾ ਜਿਹੜਾ ਕਿ ਬੜਾ ਇਹਦਾ ਖਾਸ ਸੀਗਾ, ਉਹਦੀ ਘਰ ਲਈ ਬੜੀ ਸੋਹਣੀ ਸੁਨੱਖੀ ਸੀ, ਇਹਨੇ ਪਤੰਦਰ ਨੇ ਉਹ ਵੀ ਟੰਗ 'ਤੀ, ਉਹ ਵੀ ਨਹੀਂ ਛੱਡੀ। ਚਲੋ ਜੀ, ਸਾਰੇ ਪਿੰਡ 'ਚ ਮਸ਼ਹੂਰ ਹੋ ਗਿਆ ਵੀ ਇਹ ਬੰਦਾ ਸਿਰੇ ਦਾ ਜਨਾਨੀ ਬਾਜ ਹੈ, ਕਿਉਂਕਿ ਤੁਹਾਨੂੰ ਪਤਾ ਇਹੋ ਜਿਹੀ ਗੱਲ ਨਾ ਤਾਂ ਲੁਕਦੀਆਂ ਨਾ ਛੁਪਦੀਆਂ। ਪਿੰਡ 'ਚ ਕੋਈ ਬੰਦਾ ਮਾੜਾ ਕੰਮ ਕਰਦਾ ਜਾਂ ਚੰਗਾ ਕਰਦਾ ਸਾਰੇ ਪਿੰਡ ਨੂੰ ਲਗਭਗ ਪਤਾ ਹੀ ਹੁੰਦਾ। 5 ਸਾਲ ਇਹਨੇ ਸਰਪੰਚੀ ਕੀਤੀ, ਇਹਨੇ ਪਿੰਡ ਦਾ ਵਿਕਾਸ ਦਾ ਸਵਾਹ ਕਰਨਾ ਸੀ, ਇਹਨੇ ਮੰਨ ਲਓ ਕਦੇ ਫਲਾਣੇ ਦੀ ਜਨਾਨੀ ਟੰਗਤੀ, ਕਦੇ ਫਲਾਣੇ ਦੀ ਜਨਾਨੀ ਟੰਗਤੀ, ਇਹਨੇ ਆਹੀ ਕੰਮ ਕੀਤੇ। ਕਈ ਨੇੜੇ ਨੇੜੇ ਪਿੰਡਾਂ 'ਚ ਤਾਂ ਜਨਾਨੀ ਬਾਜ ਸਰਪੰਚ ਵੀ ਵੱਜਣ ਲੱਗ ਗਿਆ ਸੀ, ਪਰ ਉਹ ਸਿਆਣੇ ਕਹਿੰਦੇ ਆ ਵੀ ਜੋ ਬੀਜਾਂਗੇ ਉਹ ਇੱਕ ਨਾ ਇੱਕ ਦਿਨ ਵੱਢਣਾ ਜ਼ਰੂਰ ਪੈਣਾ। ਕਹਿੰਦੀ ਸਰਪੰਚ ਦੇ ਘਰ 2 ਧੀਆਂ ਨੇ ਜਨਮ ਲਿਆ ਹੋਇਆ ਸੀ, ਉਨੇ ਟਾਈਮ ਤੱਕ ਉਹ ਵੀ ਜਵਾਨ ਹੋ ਚੁੱਕੀਆਂ ਸੀਗੀਆਂ। ਕਹਿੰਦੀ ਇਸ ਟਾਈਮ 'ਤੇ ਤਾਂ ਉਹਦੀ ਉਮਰ ਘੱਟ ਬੜਾ, ਜੇ ਉਹਦੀ 45 ਆ ਤਾਂ ਉਹਦੀ ਮੰਨ ਲਓ 53 ਸਾਲ ਦੀ ਹੋ ਗਈ ਹੋਊਗੀ। ਕਹਿੰਦੀ ਜਦੋਂ ਉਹ ਕੁੜੀਆਂ ਬਣੀਆਂ ਜਵਾਨ ਹੋਈਆਂ ਤਾਂ ਕੀ ਹੁੰਦਾ ਵੀ ਇਹਦੀ ਜਿਹੜੀ ਵੱਡੀ ਕੁੜੀ ਹੁੰਦੀ ਆ ਸਰਪੰਚ ਦੀ, ਉਹ ਸਿਰੀ ਨਾਲ ਫੜੀ ਜਾਂਦੀ ਹੈ, ਇਹ ਆਪਦੀਆਂ ਅੱਖਾਂ ਨਾਲ ਦੇਖ ਲੈਂਦਾ ਸਾਰਾ ਕੁਛ ਕਰਦੇ ਕਰਾਉਂਦੇ। ਚਲੋ ਜੀ, ਉਹ ਸਿਰੀ ਨੂੰ ਕੁੱਟ ਮਾਰ ਕੇ ਘਰੋਂ ਭਜਾ ਦਿੰਦਾ, ਉਹਨੂੰ ਧਮਕੀਆਂ ਧਮਕੀਆਂ ਦਿੰਦਾ ਵੀ ਜੇ ਤੂੰ ਗੱਲ ਕਿਸੇ ਕੋਲ ਕੀਤੀ ਤਾਂ ਮੈਂ ਤੈਨੂੰ ਮਾਰ ਦੂੰਗਾ, ਜੇ ਕਰ ਦੂੰ ਵੋ ਕਰ ਦੂੰ। ਚਲੋ ਵਿਚਾਰਾ ਡਰ ਗਿਆ, ਮਾੜਾ ਬੰਦਾ ਸੀ। ਫਿਰ ਇਹ ਆਪਦੀ ਇੱਕ ਕੁੜੀ ਨੂੰ ਤਾਂ ਪਾ ਆਉਂਦਾ ਚੰਡੀਗੜ੍ਹ ਪੜ੍ਹਨੇ, ਅਤੇ ਦੂਜੀ ਕੁੜੀ ਨੂੰ ਪਾ ਆਉਂਦਾ ਅੰਮ੍ਰਿਤਸਰ ਪੜ੍ਹਨੇ। ਜਿਹੜੀ ਅੰਮ੍ਰਿਤਸਰ ਪੜ੍ਹਦੀ ਹੁੰਦੀ ਆ ਉਹ ਕੀ ਕਰਦੀ ਆ, ਉਹ ਉੱਥੇ ਕਿਸੇ ਹੋਰ ਜਾਤ ਦਾ ਮੁੰਡਾ ਦੇਖ ਲੈਂਦੀ ਨਾਲ ਪੜ੍ਹਦੀ ਹੁੰਦਾ, ਉਹਦੇ ਨਾਲ ਭੱਜ ਕੇ ਵਿਆਹ ਕਰਾ ਲੈਂਦੀ ਘਰੋਂ ਚੋਰੀ। ਜਦੋਂ ਸਰਪੰਚ ਨੂੰ ਇਸ ਗੱਲ ਦਾ ਪਤਾ ਲੱਗਦਾ, ਉਹ ਕਹਿੰਦਾ ਵੀ ਇਹ ਤਾਂ ਹੁਣ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਚੁੱਕ ਨਹੀਂ ਰਹਿਣਾ, ਉਹ ਫਿਰ ਆਪਦੀ ਕੁੜੀ ਕੋਲੇ ਜਾਂਦਾ, ਉੱਥੇ ਮਿੰਤਰਲਾ ਕਰਦਾ ਵੀ ਤੂੰ ਧੀਏ ਘਰੇ ਆ ਜਾ, ਵੀ ਮੈਂ ਤੇਰਾ ਗੱਜ ਬੱਜ ਕੇ ਵਿਆਹ ਕਰੂੰਗਾ, ਵੀ ਐਵੇਂ ਮੇਰਾ ਪਿੰਡ 'ਚ ਜਲੂਸ ਨਾ ਕੜਾ। ਪਰ ਤੁਹਾਨੂੰ ਪਤਾ ਵੀ ਇਹੋ ਜਿਹੀਆਂ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ, ਪਤਾ ਸਾਰੇ ਪਿੰਡ ਨੂੰ ਲੱਗ ਗਿਆ ਵੀ ਕੀ ਚੰਨ ਚੜ ਗਿਆ। ਚਲੋ ਜੀ, ਸਰਪੰਚ ਨੇ ਉਹ ਕੁੜੀ ਦੁਬਾਰਾ ਵਿਆਹਤੀ ਉਹਦੇ ਨਾਲ, ਮੁੰਡੇ ਨਾਲ। ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਚੰਡੀਗੜ੍ਹ ਕੁੜੀ ਪੜ੍ਹਦੀ ਸੀ ਉਹਨੇ ਤਾਂ ਜਮਾਂ ਹੀ ਸਿਰਾ ਕਰਤਾ, ਉੱਥੇ ਉਹਨੇ ਬੜੇ ਮੁੰਡਿਆਂ ਨਾਲ ਸੰਬੰਧ ਬਣਾਏ, ਬੜਾ ਕੁਝ ਕੀਤਾ, ਬੜੀ ਵਾਰੀ ਉਹਦੀਆਂ ਸਫਾਈਆਂ ਕਰਾਈਆਂ। ਚਲੋ ਜੀ, ਉਸ ਤੋਂ ਬਾਅਦ ਉਹਨੇ ਬੜੇ ਲੋ ਕਾਸਟ ਦੇ ਮੁੰਡੇ ਨਾਲ ਪਿਆਰ ਪਾਲਿਆ ਅਤੇ ਉਹਦੇ ਨਾਲ ਵਿਆਹ ਕਰਾ ਲਿਆ। ਜਦੋਂ ਸਰਪੰਚ ਨੂੰ ਇਸ ਗੱਲ ਦਾ ਪਤਾ ਲੱਗਿਆ, ਸਰਪੰਚ ਮਾਰ ਕੇ ਮੱਥੇ 'ਤੇ ਰੋਇਆ ਵੀ ਆਹ ਕੀ ਬਣ ਗਿਆ। ਸਰਪੰਚ ਨੂੰ ਫਿਰ ਪਤਾ ਲੱਗਿਆ ਵੀ ਜੋ ਮੈਂ ਕਰਦਾ ਰਿਹਾ ਉਹੀ ਕੁਛ ਮੇਰੇ ਘਰ ਹੋਇਆ, ਮੈਂ ਵੀ ਲੋਕਾਂ ਦੀਆਂ ਨੂੰਹਾਂ ਧੀਆਂ ਨਾਲ ਸਾਰਾ ਕੁਛ ਕੀਤਾ ਸੀ, ਵੀ ਮੈਂ ਵੀ ਉਹਨਾਂ ਦੇ ਜਿਸਮ ਦੇ ਕੇ ਲਾਲਾਂ ਸਿੱਟਦਾ ਸੀਗਾ, ਅਤੇ ਮੇਰਾ ਹੀ ਖੂਨ ਗਾਹ ਮੇਰੀਆਂ ਧੀਆਂ ਦੇ ਵਿੱਚ ਆ। ਜੇ ਪਿਓ ਨੇ ਸਾਰੀ ਉਮਰ ਗੰਦ ਪਾਇਆ ਤਾਂ ਫਿਰ ਧੀਆਂ ਨੇ ਵੀ ਘੱਟ ਕੀਤੀ, ਫਿਰ ਧੀਆਂ ਨੇ ਵੀ ਕੋਈ ਸੀਰ ਹੀ ਨਹੀਂ ਛੱਡਿਆ, ਕੋਈ ਬੰਦਾ ਨਹੀਂ ਛੱਡਿਆ, ਫਿਰ ਉਹਨਾਂ ਨੇ ਵੀ ਰੱਜ ਰੱਜ ਕੇ ਟਪਾਏ। ਸਰਪੰਚ ਨੇ ਬੜੇ ਤਰਲੇ ਕੀਤੇ ਵੀ ਤੂੰ ਇਹ ਵੀ ਇਸ ਮੁੰਡੇ ਨਾਲ ਨਾ ਵਿਆਹ ਕਰਾ, ਵੀ ਇਹ
ਹੋਰ ਜਾ, ਹੁਣ ਮੈਂ ਉਸ ਕਾਸਟ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਉਹ ਕੁੜੀ ਕਹਿੰਦੀ ਨਹੀਂ ਵੀ ਮੈਂ ਤਾਂ ਹੁਣ ਇਹਦੇ ਨਾਲ ਜਿਉਣਾ, ਇਹਦੇ ਨਾਲ ਮਰਨਾ ਵੀ ਉਹਦਾ ਮੇਰਾ ਪਿਆਰ ਆ। ਇਸ ਕਰਕੇ ਫਿਰ ਸਰਪੰਚ ਪਛਤਾਉਂਦਾ ਸੀ ਪਿਛਲੀ ਉਮਰੇ ਜਾ ਕੇ ਵੀ ਮੈਂ ਸਾਰੀ ਉਮਰ ਜਿਸਮਬਾਜ਼ੀ ਕੀਤੀ, ਜਨਾਨੀਬਾਜ਼ੀ ਕੀਤੀ, ਮੇਰੀਆਂ ਰਗਾਂ ਦਾ ਖੂਨ ਮੇਰੀਆਂ ਧੀਆਂ ਦੇ ਵਿੱਚ ਗਿਆ ਅਤੇ ਮੇਰੀਆਂ ਧੀਆਂ ਵੀ ਗਾਂ ਉਹੋ ਜਿਹੇ ਨਿਕਲ ਆਈਆਂ। ਇੱਥੋਂ ਤੱਕ ਕਿ ਸਰਪੰਚ ਦੀ ਘਰਦੀ ਨੂੰ ਸਾਰਾ ਕੁਝ ਪਤਾ ਹੁੰਦਾ ਸੀ। ਸਰਪੰਚ ਦੀ ਘਰਦੀ ਨੂੰ ਕਈ ਬੁੜੀਆਂ ਨਾਲ ਉਹਦੀ ਖੁਦ ਗੱਲ ਕਰਵਾ ਦਿੰਦੀ ਸੀ, ਖੁਦ ਮੰਨ ਲਾ ਅੱਖਾਂ ਸਾਹਮਣੇ ਸਰਪੰਚ ਦੀ ਘਰ ਦੀ ਸਾਰਾ ਕੁਛ ਵੇਖਦੀ ਸੀਗੀ। ਕਿਉਂਕਿ ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਮਾਹੌਲ ਹੀ ਗੰਦ ਵਾਲਾ ਬਣ ਜੇ ਤੇ ਫਿਰ ਸਾਰਾ ਟੱਬਰ ਹੀ ਗੰਦਾ ਹੋ ਜਾਂਦਾ। ਉਹਦੀ ਜਿਹੜੀ ਮੰਨ ਲਓ ਘਰ ਵਾਲੀ ਸਰਪੰਚ ਦੀ ਕਿਸੇ ਨਾਲ ਗੱਲ ਕਰਵਾਉਂਦੀ ਸੀ ਤੇ ਫਿਰ ਉਹਦੀ ਵੀ ਕਿਸੇ ਨਾਲ ਹੋਊਗੀ ਗੱਲਬਾਤ, ਹਨਾ। ਚਲੋ ਉਸ ਗੱਲ ਬਾਰੇ ਅਜੇ ਨਹੀਂ ਪਤਾ ਵੀ ਸਰਪੰਚ ਦੀ ਘਰ ਦੀ ਕਿਸੇ ਨਾਲ ਗੱਲ ਸੀ, ਉਸ ਬਾਰੇ ਆਪਾਂ ਨੂੰ ਨਹੀਂ ਪਤਾ। ਚਲੋ ਜੀ, ਸਾਰੇ ਪਿੰਡ 'ਚ ਥੂ ਥੂ ਹੋ ਗਈ। ਐਡਾ ਪੈਸਾ ਧੇਲਾ ਸੀ, ਐਡਾ ਵਧੀਆ ਬੰਦਾ ਸੀ, ਸਲੂਟ ਵੱਜਦੇ ਸੀ, ਪਰ ਇੱਜ਼ਤ ਪੱਖੋਂ ਜਮ੍ਹਾਂ ਹੀ ਦੁੱਕੀ ਦਾ ਨਹੀਂ ਰਿਹਾ ਉਹ। ਇਹ ਵੀਡੀਓ ਪਾਉਣ ਦਾ ਮਕਸਦ ਇੰਨਾ ਕਿ ਦੇਖੋ ਭਰਾਵੋ, ਜੋ ਬੀਜਾਂਗੇ ਉਹ ਕਿਤੇ ਵੱਢਣਾ ਪੈਣਾ। ਠੀਕ ਹੈ, ਜਵਾਨੀ ਦੇ ਵਿੱਚ ਇੱਕ ਉਮਰ ਹੁੰਦੀ ਆ ਬੰਦੇ ਦੀ ਬਈ ਸਾਰਾ ਕੁਛ ਕਰਨ ਦੀ, ਹਨਾ, ਉਹ ਇੱਕ ਉਮਰ ਹੁੰਦੀ ਆ। ਪਰ ਕਈ ਬੰਦੇ ਆਪਾਂ ਦੇਖਿਆ ਪਿੰਡਾਂ ਦੇ ਵਿੱਚ ਇਹੋ ਜਿਹੇ ਹੁੰਦੇ ਆ ਜਿਹੜੇ ਸਾਰੀ ਉਮਰ ਹੀ ਗੰਦ ਪਾਉਂਦੇ ਆ, ਸਾਰੀ ਉਮਰ ਹੀ ਜਨਾਨੀਬਾਜ਼ੀ ਕਰਦੇ ਆ। ਜਿਹੜੇ ਬੰਦੇ ਉਮਰ ਦੇ ਹੋਣ ਦੇ ਬਾਵਜੂਦ ਵੀ ਸਿਆਣੇ ਨਹੀਂ ਹੁੰਦੇ, ਫਿਰ ਉਹਨਾਂ ਦੇ ਘਰਾਂ ਦੇ ਵਿੱਚ ਆਹ ਕੁਝ ਹੁੰਦਾ। ਕਿਉਂਕਿ ਜਿਹੋ ਜਿਹਾ ਘਰ ਦਾ ਮਾਹੌਲ ਬਣਾਉਂਗੇ, ਤੁਹਾਡੇ ਬੱਚੇ ਉਸ ਮਾਹੌਲ ਦੇ ਵਿੱਚ ਐਟੋਮੈਟਿਕ ਉਹੋ ਜਿਹੇ ਰੰਗਾਂ ਵਿੱਚ ਰੰਗੇ ਜਾਣਗੇ। ਇਹ ਸਿਰਫ ਆਪਾਂ ਨੂੰ ਭੁਲੇਖਾ ਹੁੰਦਾ ਕਿ ਆਪਾਂ ਬਾਹਰ ਆਹ ਕੁਝ ਕਰਦੇ ਫਿਰਦੇ, ਸਾਡੇ ਘਰੇ ਸ਼ਾਇਦ ਕੁਛ ਨਹੀਂ ਪਤਾ। ਪਰ ਭਰਾਵੋ ਇੱਕ ਗੱਲ ਯਾਦ ਰੱਖਿਓ, ਘਰਦਿਆਂ ਨੂੰ ਸਭ ਕੁਛ ਪਤਾ ਹੁੰਦਾ, ਇਹ ਗੱਲਾਂ ਲੁਕਦੀਆਂ ਨਹੀਂ, ਇਹ ਗੱਲਾਂ ਛੁਪਦੀਆਂ ਨਹੀਂ। ਜਿਹੜੀ ਸਰਪੰਚ ਦੀ ਘਰ ਦੀ ਲੋਕਾਂ ਦੀ ਜਨਾਨੀ ਨਾਲ ਆਪਦੇ ਘਰ ਵਾਲੇ ਦੀ ਗੱਲ ਕਰਵਾ ਦਿੰਦੀ ਸੀ, ਉਹ ਕਿੰਨੀ ਕੁ ਚੰਗੀ ਹੋਊਗੀ, ਉਹਦੀ ਕੁੱਖ 'ਚੋਂ ਪੈਦਾ ਹੋਣ ਲਈ ਫਿਰ ਧੀਆਂ ਕਿੰਨੀਆਂ ਕੁ ਚੰਗੀਆਂ ਹੋਣਗੀਆਂ। ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਕਿਉਂਕਿ ਇਹੋ ਜਿਹੇ ਜਨਾਨੀਬਾਜ਼ ਹਰੇਕ ਪਿੰਡ 'ਚ ਇੱਕ ਦੋ ਜ਼ਰੂਰ ਹੁੰਦੇ ਆ। ਸ਼ਾਇਦ ਇਹ ਵੀਡੀਓ ਉਹਨਾਂ ਤੱਕ ਪਹੁੰਚ ਜੇ ਤੇ ਉਹ ਸਿਆਣੇ ਬਣ ਜਾਣਗੇ। ਭਰਾਵੋ, ਆਪਦੇ ਘਰੇ ਆਪਦੀਆਂ ਧੀਆਂ ਤੇ ਨੂੰਹਾਂ ਵੱਲ ਦੇਖੋ, ਮੁੜ ਕੇ ਤੁਹਾਡੇ ਵਰਗਿਆਂ ਨੂੰ ਬੁੱਢੇ ਬਾਰੇ ਧੱਕੇ ਵੱਜਦੇ ਆ, ਫਿਰ ਤੁਸੀਂ ਕਹਿੰਦੇ ਸਾਡੀ ਔਲਾਦ ਮਾੜੀ ਹੈ, ਸਾਡੀ ਔਲਾਦ ਸਾਨੂੰ ਰੋਟੀ ਨਹੀਂ ਦਿੰਦੀ, ਸਾਡੀ ਇੱਜ਼ਤ ਨਹੀਂ ਕਰਦੀ। ਜਦੋਂ ਤੁਸੀਂ ਜਵਾਨੀ 'ਚ ਸਾਰੀ ਉਮਰ ਕਲੰਕ ਖੱਟੇ ਹੁੰਦੇ ਆ, ਬਦਨਾਮੀ ਖੱਟੀ ਹੁੰਦੀ ਹੈ, ਜਦੋਂ ਔਲਾਦ ਨੂੰ ਪਤਾ ਲੱਗਦਾ ਕਿ ਸਾਡੇ ਪਿਓ ਨੇ ਸਾਰੀ ਉਮਰ ਗੰਦ ਪਾਇਆ, ਫਿਰ ਉਹ ਤੁਹਾਨੂੰ ਧੱਕੇ ਮਾਰਦੀਆਂ, ਫਿਰ ਤੁਹਾਡੀਆਂ ਨੂੰਹਾਂ ਤੁਹਾਨੂੰ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਦੀਆਂ, ਫਿਰ ਤੁਸੀਂ ਨੂੰਹਾਂ ਨੂੰ ਬਦਨਾਮ ਕਰਦੇ ਵੀ ਨੂੰਹ ਮੈਨੂੰ ਪੁੱਛਦੀ ਨਹੀਂ, ਰੋਟੀ ਨਹੀਂ, ਤੁਹਾਨੂੰ ਬੁੱਢੇ ਬਾਰੇ ਧੱਕੇ ਮਾਰਦੀ, ਫਿਰ ਤੁਸੀਂ ਬੁੱਢੇ ਬਾਰੇ ਰੋਂਦੇ ਹੋ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਦੱਬ ਕੇ, ਤਾਂ ਜੋ ਇੱਕ ਸੁਨੇਹਾ ਜਾਵੇ ਕਿ ਭਰਾਵੋ, ਜੋ ਬੀਜੋਗੇ ਇੱਕ ਨਾ ਇੱਕ ਦਿਨ ਉਹ ਤੁਹਾਨੂੰ ਵੱਢਣਾ ਹੀ ਪੈਣਾ। ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ, ਤੁਹਾਡੀਆਂ ਰਗਾਂ ਦਾ ਖੂਨ ਹੀ ਤੁਹਾਡੇ ਬੱਚਿਆਂ 'ਚ ਜਾਣਾ। ਜਿਹੋ ਜਿਹੇ ਕੰਮ ਤੁਸੀਂ ਕਰੋਗੇ, ਤੁਹਾਡੇ ਬੱਚੇ ਵੀ ਉਸੇ ਪੈੜਾਂ 'ਤੇ ਹੀ ਤੁਰਨਗੇ, ਜਿਵੇਂ ਕਿ ਸਰਪੰਚ ਦੀਆਂ ਕੁੜੀਆਂ ਨੇ ਫਿਰ ਬਾਅਦ 'ਚ ਕੀਤਾ। ਪਹਿਲਾਂ ਪਿਓ ਨੇ ਨਹੀਂ ਕਸਰ ਛੱਡੀ, ਫਿਰ ਧੀਆਂ ਜਵਾਨ ਹੋਈਆਂ, ਫਿਰ ਉਹਨਾਂ ਨੇ ਨਹੀਂ ਕਸਰ ਛੱਡੀ, ਫਿਰ ਉਹਨਾਂ ਨੇ ਵੀ ਰੱਜ ਕੇ ਗੰਦ ਪਾਇਆ। ਖੁਦ ਸਰਪੰਚ ਨੇ ਆਪਦੀ ਵੱਡੀ ਧੀ ਦੀਆਂ 3-4 ਵਾਰੀ ਸਫਾਈਆਂ ਵੀ ਕਰਾਈਆਂ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਦੱਬ ਕੇ, ਤਾਂ ਜੋ ਕਿਸੇ ਨਾ ਕਿਸੇ ਦਾ ਘਰ ਉੱਜਣ ਤੋਂ ਬਚ ਜੇ, ਅਤੇ ਜੇ ਕੋਈ ਬੰਦਾ ਇਹੋ ਜਿਹੇ ਗੰਦੇ ਬੰਦੇ ਕੰਮ ਕਰਦਾ ਉਹ ਸੁਧਰ ਸਕੇ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।